अमन पसंद तरीके दे नाल आजादी असी मंगी जानी है और जथेबंदक होके अपने मार्चा भी करनी है। ये बंदी सिंह की गल श्रोमणी गुरुद्वारा प्रबंधक कमेटी के प्रधान तामी साहब ने सुखबीर सिंह ने चंदू माजरे ने गल चलाई है तो मैं कहना कि फिर तामी साहब नू अपनी सीट छड़ के दविंदर पाल सिंह भुल्लर नू कमेटी का प्रधान मंजूर कर लेना चाहिए। अकाल तख्त का जथेदार अबाड़ा साहब नू आपां मंजूर कर लिए ते दमदमी टकसाल का मुखी लाहौरिया साहब नू आपां टकसाल दे विच जथेदार बना दिए। मेरी यही संगत दे कोले बेनती है जे किसी नू इतराज है ਤਾਂ ਮੈਨੂੰ ਲਿਖ ਕੇ ਆਪਣੀ ਨੋਟਬੁੱਕ 'ਤੇ ਭੇਜ ਸਕਦਾ ਅਤੇ ਮੈਂ ਅੰਤ ਦੇ ਵਿੱਚ ਕਹਿਣਾ ਚਾਹੁੰਦਾ ਕਿ ਆਪਾਂ ਤਿੰਨ ਨਾਰੇ ਮਾਰਾਂਗੇ ਸੰਤ ਜਨੈਤ ਸਿੰਘ ਭਿੰਡਰਾਂ ਵਾਲਿਆਂ ਦੇ, ਤਿੰਨ ਮਾਰਾਂਗੇ ਖਾਲਿਸਤਾਨ ਦੇ, ਜਿਹੜੇ ਦੋ ਨਿਸ਼ਾਨ ਸਾਹਿਬ ਹੈ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦ ਹੋਏ ਹੈ। ਉਹਨਾਂ ਦੇ ਸੀਨੇ ਦੇ ਉੱਤੇ 74 ਗੋਲੀਆਂ ਲੱਗੀਆਂ, ਪਿੱਠ ਦੇ ਵਿੱਚ ਕੋਈ ਗੋਲੀ ਨਹੀਂ ਸੀ। ਸੋ ਮੈਂ ਨਾਰੇ ਮਾਰਨ ਲੱਗਿਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਮਿਲੂਗਾ। ਅੱਜ ਘੱਲੂਘਰ ਦਾ ਦਿਨ ਜਿਹੜਾ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਸਾਰੀਆਂ ਸਿੱਖ ਸੰਗਤਾਂ ਨੇ ਰਲ ਕੇ ਮਨਾਇਆ ਔਰ ਜ਼ਖਮ ਅੱਲੇ ਹੋ ਜਾਂਦੇ ਆ ਜਦੋਂ
ਇਹ ਦਿਨ ਆਉਂਦਾ ਹੈ ਕਿ ਆਜ਼ਾਦ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੀ ਫੌਜ ਨੇ ਕਿਸ ਤਰ੍ਹਾਂ ਹਮਲਾ ਕੀਤਾ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸੱਚਖੰਡ ਹਰਿਮੰਦਰ ਸਾਹਿਬ ਦੀ ਛਾਤੀ ਦੇ ਵਿੱਚ ਗੋਲੀਆਂ ਮਾਰੀਆਂ। ਔਰ ਬੜਾ ਅਫਸੋਸ ਹੁੰਦਾ ਹੈ ਕਿ ਜਿਸ ਦੇਸ਼ ਵਾਸਤੇ ਸਿੱਖ ਲੜੇ ਮਰੇ, ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ, ਫਾਂਸੀ ਦੇ ਫੰਦਿਆਂ ਨੂੰ ਚੁੰਮਿਆ, ਉਸੇ ਦੇਸ਼ ਦੀ ਸਰਕਾਰ ਨੇ, ਹਿੰਦੁਸਤਾਨ ਨੇ 6 ਜੂਨ 1984 ਨੂੰ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ। ਔਰ ਬੜਾ ਅਫਸੋਸ, ਬੜਾ ਦੁੱਖ ਹੈ। ਅੱਜ ਸਿੰਘ ਸਾਹਿਬ ਨੇ ਵੀ ਬੜੇ ਵੇਦਨਾ ਭਰੇ ਸ਼ਬਦ ਜਿਹੜੇ ਉਹ ਬੋਲੇ ਆ, ਸਾਨੂੰ ਸਾਰਿਆਂ ਨੂੰ ਪਤਾ। ਔਰ ਰਾਜ ਕਰੇ ਕਾ ਖਾਲਸਾ ਵਾਲੀ ਗੱਲ ਵੀ ਉਹਨਾਂ ਨੇ ਅੱਜ ਆਪਣੇ ਸੰਦੇਸ਼ 'ਚ ਜਿਹੜੀ ਉਹ ਕੀਤੀ ਆ। ਸੋ ਸਿੱਖ ਕੌਮ 'ਚੋਂ ਜਜ਼ਬਾਤ ਨਹੀਂ ਮਰਨਾ ਚਾਹੀਦਾ, ਭਾਵਨਾ ਨਹੀਂ ਮਰਨੀ ਚਾਹੀਦੀ, ਰਾਜ ਦਾ ਸੰਕਲਪ ਨਹੀਂ ਮਰਨਾ ਚਾਹੀਦਾ। ਔਰ ਰਾਜ ਕਰੇ ਖਾਲਸੇ ਵਾਲੀ ਜਿਹੜੀ ਉਹਨਾਂ ਗੱਲ ਦੱਸੀ ਉਹ ਮਰਨੀ ਨਹੀਂ ਚਾਹੀਦੀ। ਉਹਦੇ ਨਿਸ਼ਾਨੇ ਵਾਸਤੇ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ। ਜਿਹੜੀਆਂ ਸਿੱਖ ਸੰਸਥਾਵਾਂ ਨੇ, ਫੈਡਰੇਸ਼ਨਾਂ ਨੇ ਜਾਂ ਹੋਰ ਜਿਹੜੇ ਵੀ ਖਾਲਸਾ ਪੰਥ ਨੂੰ ਸਮਰਪਿਤ ਜਥੇਬੰਦੀਆਂ ਨੇ, ਮੈਂ ਉਹਨਾਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਉਹ ਇੱਕਮੁੱਟ ਹੋਣ, ਇੱਕ ਨਿਸ਼ਾਨਾ ਲੈ ਕੇ ਚੱਲਣ ਔਰ ਪੰਥਕ ਸ਼ਕਤੀ ਨੂੰ ਇੱਕ ਕੇਂਦਰ ਕਰਕੇ ਅਤੇ ਉਹਦੇ ਤੋਂ ਲੜਾਈ ਜਿਹੜੀ ਲੜੀ ਜਾਵੇ। ਅਤੇ ਮੇਰੇ ਖਿਆਲ ਦੇ ਵਿੱਚ ਬੰਦੀ ਸਿੰਘ ਵੀ ਰਿਹਾਅ ਹੋ ਜਾਣਗੇ ਅਤੇ ਜਿਹੜੇ ਰਹਿੰਦੇ ਪੰਜਾਬ ਦੇ ਮਸਲੇ ਆ, ਪਾਣੀ ਦਾ ਹੈ, ਪੰਜਾਬੀ ਬੋਲਦੇ ਇਲਾਕਿਆਂ ਦਾ ਹੈ ਜਾਂ ਹੋਰ ਜਿਹੜੇ ਮਸਲੇ ਆ, ਉਹ ਵੀ ਸਾਰੇ ਜਿਹੜੇ ਆ ਉਹ ਹੱਲ ਹੋ ਸਕਦੇ ਆ। ਸੰਦੇਸ਼ ਦੇਣਾ ਚਾਹੋਗੇ ਇਸ ਇਲੈਕਸ਼ਨ? ਮੈਂ ਤਾਂ ਵੇਖੋ ਇਲੈਕਸ਼ਨ ਦੀ ਗੱਲ ਛੱਡੋ, ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ, ਮੈਂ ਤਾਂ ਆਪਣੀ ਸੀਟ ਛੱਡ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ 1999 'ਚ ਤਰਨ ਤਾਰਨ ਦੀ ਸੀਟ ਮੈਂ ਛੱਡੀ ਸੀਗੀ, ਮੈਂ ਲੜਨਾ ਚਾਹੁੰਦਾ ਸੀ, ਐਲਾਨ ਵੀ ਹੋ ਗਿਆ ਸੀ ਅਤੇ ਉਹਨਾਂ ਨੂੰ ਜੇਲ੍ਹ 'ਚੋਂ ਰਿਹਾਅ ਕਰਾਉਣ ਵਾਸਤੇ ਇਹ ਤਰਨ ਤਾਰਨ ਦੀ ਸੀਟ ਛੱਡੀ ਔਰ 4.5 ਲੱਖ ਰੁਪਏ ਜਿੱਤੇ ਸਨ ਸਿਮਰਜੀਤ ਸਿੰਘ ਮਾਨ। ਸੋ ਇਹ ਹਾਲਾਤ ਕਦੇ ਵੀ ਜਿਹੜੇ ਆ ਉਹ ਲੰਘੇ ਨਹੀਂ ਹੁੰਦੇ, ਹਾਲਾਤ ਆਪ ਹੀ ਉਹਦੇ ਤੋਂ ਅੱਗਾ ਪਿੱਛਾ ਕਰੀਦਾ। ਸੋ ਮੈਂ ਸਮਝਦਾ ਜੇ ਖਾਲਸਾ ਪੰਥ ਇਕੱਠਾ ਹੋ ਕੇ ਲੜੂਗਾ ਤਾਂ ਪ੍ਰਾਪਤੀ ਹੋ ਜੂਗੀ, ਨਾ ਉਹ ਤਾਂ ਫਿਰ ਅੱਗੇ ਵੀ ਤਾਂ ਖੁਆਰ ਹੋਏ ਸਭ ਮਿਲੇਗੇ, ਬਚੇ ਸ਼ਰਨ 'ਚ ਹੋਏ ਨਹੀਂ ਤਾਂ ਖੁਆਰੀ ਤਾਂ ਫਿਰ ਹੋਊਗੀ, ਉਹ ਤਾਂ ਹੋ ਹੀ ਰਹੀ ਆ, ਪਰ ਇਕੱਠੇ ਹੋਣਾ ਚਾਹੀਦਾ। ਅੰਮ੍ਰਿਤਧਾਰੀ ਹੋਵੇ ਔਰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ, ਜਿਹੜੀਆਂ ਪੁਰਾਤਨ ਮਰਿਆਦਾ ਸਾਡੀਆਂ ਇਹ ਗੁਰੂ ਖਾਲਸੇ ਦੀਆਂ, ਉਹਨਾਂ ਨੂੰ ਧਾਰਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਕਿਸ ਤਰ੍ਹਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਕਰਨੂ ਘਾਰੇ ਦਾ ਅੱਜ 31ਵਾਂ ਜਿਹੜਾ ਸ਼ਹੀਦੀ ਸਵਾਗਮ ਹੈ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸਮੁੱਚੇ ਖਾਲਸਾ ਪੰਥ ਨੇ ਮਿਲ ਕੇ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ। ਔਰ ਅੱਜ ਦੇ ਇਸ ਸ਼ਹੀਦੀ ਸਮਾਗਮ ਦੇ ਵਿੱਚ ਮਾਨਯੋਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਜੋ ਕੌਮ ਦੇ ਨਾਮ 'ਤੇ ਸੰਦੇਸ਼ ਜਾਰੀ ਕੀਤਾ ਗਿਆ, ਜੋ ਇੱਕ ਸੁਨੇਹਾ ਕੌਮ ਪ੍ਰਤੀ ਉਹਨਾਂ ਨੇ ਅੱਗੇ ਦਿੱਤਾ, ਉਹਦੇ ਵਿੱਚ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ ਔਰ ਧਾਰਮਿਕ ਤੌਰ 'ਤੇ ਮਜ਼ਬੂਤ ਹੋਣ ਦੀ ਗੱਲ ਕਹੀ ਹੈ। ਜੇਕਰ ਅਸੀਂ ਧਾਰਮਿਕ ਤੌਰ 'ਤੇ ਮਜ਼ਬੂਤ ਨਹੀਂ ਹੋਵਾਂਗੇ ਤਾਂ ਅਸੀਂ ਸਮਾਜਿਕ ਤੌਰ 'ਤੇ ਵੀ ਮਜ਼ਬੂਤ ਨਹੀਂ ਹੋਵਾਂਗੇ, ਸਮਾਜਿਕ ਤੌਰ 'ਤੇ ਮਜ਼ਬੂਤ ਨਹੀਂ ਹੋਵਾਂਗੇ ਅਤੇ ਧਾਰਮਿਕ ਤੌਰ 'ਤੇ ਵੀ ਅਸੀਂ ਮਜ਼ਬੂਤ ਨਹੀਂ ਹੋ ਸਕਾਂਗੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਮਜ਼ਬੂਤ ਹੋਣ ਦੀ ਲੋੜ ਹੈ ਔਰ ਜੇਕਰ ਅਸੀਂ ਮਜ਼ਬੂਤ ਹੋਵਾਂਗੇ ਤਾਂ ਹੀ ਜਿਹੜੀ ਪਰਿਸਥਿਤੀ ਹੈ ਉਹਦਾ ਸਾਹਮਣਾ ਅਸੀਂ ਸਾਰੇ ਇਕੱਤਰ ਹੋ ਕੇ ਕਰ ਸਕਾਂਗੇ। ਔਰ ਜਿਹੜਾ ਸਾਡਾ ਰਵਾਇਤੀ ਸਾਡੇ ਹਥਿਆਰ ਨੇ, ਜੋ ਸਾਡਾ ਮਾਰਸ਼ਲ ਆਰਟ ਹੈ ਜਿਵੇਂ ਗੱਤਕਾ ਹੈ, ਉਹਨਾਂ ਦੀ ਟ੍ਰੇਨਿੰਗ ਦੇ ਜਿਹੜੇ ਕੈਂਪ ਨੇ ਉਹ ਲਗਾਉਣ ਵਾਸਤੇ ਮਾਨਯੋਗ ਸਿੰਘ ਸਾਹਿਬ ਜੀ ਵੱਲੋਂ ਜਿਹੜਾ ਅੱਜ ਸੰਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜਾਰੀ ਕੀਤਾ ਗਿਆ ਔਰ ਸਾਡਾ ਸਭ ਦਾ ਇਹ ਫਰਜ਼ ਬਣਦਾ ਕਿ ਅਸੀਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਕੌਮ ਦੇ ਨਾਮ 'ਤੇ ਜਾਰੀ ਹੋਵੇ, ਅਸੀਂ ਸਾਰੇ ਉਹਨੂੰ ਮੰਨਣ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਰਹੀਏ ਔਰ ਸ਼੍ਰੀ ਅਕਾਲ ਤਖਤ ਸਾਹਿਬ ਛਤਰ ਛਾਇਆ ਹੇਠ ਸਾਰੇ ਅਸੀਂ ਇਕੱਤਰ ਹੋ ਕੇ ਅਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰੀਏ। ਸਿਕਿਉਰਿਟੀ ਜਿਹੜੀ ਸੀ ਕਿ ਜਿਵੇਂ ਸੁਰੱਖਿਆ ਵਾਪਸ ਲਈ, ਤਿਵੇਂ ਸੁਰੱਖਿਆ ਸਾਰੀ ਅਸੀਂ ਵਾਪਸ ਕਰ ਦਿੱਤੀ ਸੀਗੀ, ਜ਼ੋਰ ਪਾਇਆ ਜਾ ਰਿਹਾ ਪਰ ਅਸੀਂ ਸੁਰੱਖਿਆ ਬਿਲਕੁਲ ਜਿਹੜੀ ਹੈ ਉਹ ਸਰਕਾਰ ਦੇ ਕੋਲੋਂ ਨਹੀਂ ਲਈ।